ਬਾਦਲ ਤੁਸੀਂ ਟੀਚਰ ਹੋ ਤੇ ਕੀ ਆ ਕੀ ਲੋੜ ਕੀ ਪੈ ਗਈ ਕੀ ਕਰ ਕੀ ਰਹੇ ਹੋ ਤੁਸੀਂ ਮੈਨੂੰ ਇੱਕ ਬੱਚਾ 9th ਕਲਾਸ ਦਾ ਪੁੱਛਿਆ ਵੀ ਸਰ ਉਹ ਟੀਵੀ ਤੇ ਆ ਰਿਹਾ ਸੀ ਰਾਤ ਵੀ ਜਿਹੜੇ ਕਿਸਾਨ ਹੈ ਇਹਨਾਂ 'ਚ ਕੋਈ ਅੱਤਵਾਦੀ ਆ ਗਏ ਹੈ ਵੀ ਉੱਥੇ ਬੈਠੇ ਹੋਏ ਕਰੋੜਾਂ ਲੋਕ ਅੱਤਵਾਦੀ ਨਹੀਂ ਹੈ ਹੋ ਸਕਦਾ ਕਿਸੇ ਬੰਦੇ ਨੇ ਕੋਈ ਗਲਤ ਬਿਆਨਬਾਜ਼ੀ ਕਰਤੀ ਹੋਵੇ ਗਲਤ ਫੋਟੋਆਂ ਦਿਖਾਤੀਆਂ ਹੋਣ ਤੁਸੀਂ ਕੱਪੜਿਆਂ ਤੋਂ ਲੈ ਕੇ ਬੂਟ ਤੱਕ ਤੁਹਾਡੇ ਬਰਗਰ ਵੀ ਖਾਂਦੇ ਹੋ ਨਾ ਜੇਕਰ ਕਿਸਾਨ ਅੰਨ ਨਹੀਂ ਉਗਾਊ ਤਾਂ ਬਰਗਰ ਦਾ ਬ੍ਰੈਡ ਵੀ ਨਹੀਂ ਬਣਦਾ ਤਾਂ ਮੈਂ ਉਹੀ ਸਾਰੇ ਲੋਕਾਂ ਦੇ ਲਈ ਇਹ ਕਾਨੂੰਨ ਹੈਗੇ ਜੇ ਕਿਸੇ ਇੱਕ ਦੇ ਖਿਲਾਫ ਹੋਣਗੇ ਸਭ ਦੇ ਹੋਣਗੇ ਚੰਗਾ ਹੋਏਗਾ ਸਾਰਿਆਂ ਦਾ ਚੰਗਾ ਹੋਊਗਾ ਲੋਕਾਂ ਦੇ ਵਿੱਚ ਵੀ ਇਹੀ ਕਹਿਣਾ ਚਾਹੁੰਦੇ ਵੀ ਸਾਨੂੰ ਗਲਤ ਨਾ ਸੋਚੋ ਸਾਡਾ ਮਕਸਦ ਸਿਰਫ ਤੁਹਾਡੇ ਭਲੇ ਲਈ ਵੀ ਹੈ ਆਪਦੇ ਭਲੇ ਲਈ ਵੀ ਹੈ ਇਹਦੇ ਵਿੱਚ ਸਭ ਦਾ ਹੀ ਭਲਾ ਹੈ ਜੇ ਕੋਈ ਵੱਡਾ ਬੰਦਾ ਜੋ ਝੁਕ ਜਾਂਦਾ ਨਾ ਉਹਦੀ ਇੱਜ਼ਤ ਹੋਰ ਵੱਧ ਜਾਂਦੀ ਹੈ ਜੇਕਰ ਅੱਜ ਤੁਹਾਡੇ ਨਾਲ 4 ਦਿਨ ਆ ਕੱਲ੍ਹ ਨੂੰ 40 ਵੀ ਹੋ ਜਾਣਗੇ ਆਕੜ ਨਾਲ ਤਾਂ ਕੁਛ ਵੀ ਹੋਣ ਨਹੀਂ ਲੱਗਦਾ ਕਹਿੰਦਾ ਬਾਈ ਜੀ ਤੁਸੀਂ ਇਕੱਲੇ ਖੜੇ ਹੋ ਕੁਛ ਨਹੀਂ ਹੁੰਦਾ ਪ੍ਰਾਈਵੇਟ ਹੋ ਜਾਣਗੇ ਤਾਂ ਇਹ ਕੁਛ ਮਿਲੂ ਉਹ ਕੁਛ ਮਿਲੂ ਜੇ ਖੇਤੀ ਲੋਕ ਛੱਡ ਦੇਣਗੇ ਫਿਰ ਕੀ ਹੋ ਜੂਗਾ ਕਦੋਂ ਤੱਕ ਇਸ ਤਰ੍ਹਾਂ ਡਟੇ ਰਹੋਗੇ ਜਦੋਂ ਤੱਕ ਆਪਦੀ ਹਿੰਮਤ ਹੈ ਜੀ ਜਦੋਂ ਤੱਕ ਸਾਡੇ ਕਿਸਾਨ ਉੱਥੋਂ ਜਿੱਤ ਕੇ ਨਹੀਂ ਆਉਂਦੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਲੋਕ ਮਾ ਟੀਵੀ ਮੈਂ ਜਸਪਾਲ ਮਾਨ ਲਗਾਤਾਰ ਤੁਹਾਡੇ ਨਾਲ ਕਿਸਾਨੀ ਸੰਘਰਸ਼ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਔਰ ਵੱਖ ਵੱਖ ਤਰੀਕਿਆਂ ਦੇ ਨਾਲ ਲੋਕ ਪ੍ਰੋਟੈਸਟ ਕਰ ਰਹੇ ਆ ਕੇਂਦਰ ਸਰਕਾਰ ਦੇ ਖਿਲਾਫ ਲਗਾਤਾਰ ਆ ਜਿਹੜੇ ਉਹ ਲੱਗੇ ਹੋਏ ਆ ਔਰ ਕਿਸਾਨਾਂ ਦੀ ਹਮਾਇਤ ਕਰ ਰਹੇ ਆ ਇਸੇ ਤਰ੍ਹਾਂ ਦੇ ਸਾਡੇ ਨਾਲ ਇੱਕ ਟੀਚਰ ਨੇ ਜਿਹੜੇ ਫਾਜ਼ਿਲਕਾ ਦਿੱਲੀ ਹਾਈਵੇ ਦੇ ਉੱਤੇ ਖੜ੍ਹੇ ਹੋਏ ਨੇ ਔਰ ਆਪਣੇ ਤਰੀਕੇ ਨਾਲ ਪ੍ਰੋਟੈਸਟ ਕਰ ਰਹੇ ਆ ਹੱਥ ਦੇ ਵਿੱਚ ਇਹਨਾਂ ਨੇ ਤਾਕੀ ਫੜੀ ਹੋਈ ਆ ਮੈਂ ਕਿਸਾਨ ਹਾਂ ਅੱਤਵਾਦੀ ਜਾਂ ਨਕਸਲਵਾਦੀ ਨਹੀਂ ਇਹਨਾਂ ਨਾਲ ਗੱਲਬਾਤ ਕਰ ਲੈਂਦੇ ਬਾਈ ਜੀ ਸਤਿ ਸ਼੍ਰੀ ਅਕਾਲ ਕੀ ਸ਼ੁਭ ਨਾਮ ਆ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਭੁਪਿੰਦਰ ਸਿੰਘ ਹੈ ਜੀ ਠੀਕ ਹੈ ਔਰ ਕੀ ਕੰਮ ਕੀ ਕਰਦੇ ਹੋ ਤੁਸੀਂ ਮੈਂ ਗਵਰਨਮੈਂਟ ਟੀਚਰ ਹਾਂ ਜੀ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਬਾਦਲ ਦੇ ਅੱਛਾ ਬਾਦਲ ਤੁਸੀਂ ਟੀਚਰ ਹੋ ਤੇ ਕੀ ਆ ਕੀ ਲੋੜ ਕੀ ਪੈ ਗਈ ਕੀ ਕਰ ਕੀ ਰਹੇ ਹੋ ਤੁਸੀਂ ਇਹ ਸਰ ਕੁਝ ਦਿਨ ਪਹਿਲਾਂ ਦੀ ਗੱਲ ਹੈ ਯਾਨੀ ਕਿ ਬੇਸਿਕਲੀ ਇਦਾਂ ਹੋਇਆ ਸੀ ਲਾਸਟ ਫਰਾਈਡੇ ਨੂੰ ਸਾਡੇ ਸਕੂਲ ਲੱਗਣੇ ਚਾਲੂ ਹੋਏ ਐਗਜ਼ਾਮ ਚਾਲੂ ਹੋਣੇ ਸੀ ਮੈਨੂੰ ਇੱਕ ਬੱਚਾ 9th ਕਲਾਸ ਦਾ ਪੁੱਛਿਆ ਵੀ ਸਰ ਉਹ ਟੀਵੀ ਤੇ ਆ ਰਿਹਾ ਸੀ ਰਾਤ ਵੀ ਜਿਹੜੇ ਕਿਸਾਨ ਹੈ ਇਹਨਾਂ 'ਚ ਕੋਈ ਅੱਤਵਾਦੀ ਆ ਗਏ ਹੈ ਫਿਰ ਮੇਰੇ ਮਾਇੰਡ 'ਚੋਂ ਸੋਚ ਘੁੰਮਣ ਲੱਗੀ ਮੈਂ ਕਿਹਾ ਵੀ ਬੱਚਿਆਂ ਨੂੰ ਕਿੱਦਾਂ ਗਲਤ ਪ੍ਰਮੋਟ ਕੀਤਾ ਜਾ ਰਿਹਾ ਨਾ ਉਹਨਾਂ ਦੇ ਮਨ 'ਚ ਕੀ ਗਲਤ ਧਾਰਨਾਵਾਂ ਵੀ ਉੱਥੇ ਅੱਤਵਾਦੀ ਹੈ ਜਾਂ ਸੋ ਕਾਲਡ ਮਾਓਇਸਟ ਬੈਠੇ ਹੋਏ ਹੈ ਮੈਂ ਜਸਟ ਇਸ ਲਈ ਲੋਕਾਂ ਦੇ ਮਨ ਵਿੱਚ ਜੋ ਆਮ ਲੋਕ ਜਿਨ੍ਹਾਂ ਦਾ ਡਾਇਰੈਕਟ ਸਰੋਕਾਰ ਨਹੀਂ ਇਹਨਾਂ ਅੰਦੋਲਨਾਂ ਨਾਲ ਉਹਨਾਂ ਨੂੰ ਇਹੀ ਕਹਿਣਾ ਚਾਹੁੰਦਾ ਵੀ ਜਾਂ ਇਹ ਦੱਸਣਾ ਚਾਹੁੰਦਾ ਵੀ ਉੱਥੇ ਬੈਠੇ ਹੋਏ ਕਰੋੜਾਂ ਲੋਕ ਅੱਤਵਾਦੀ ਨਹੀਂ ਹੈ ਹੋ ਸਕਦਾ ਕਿਸੇ ਬੰਦੇ ਨੇ ਕੋਈ ਗਲਤ ਬਿਆਨਬਾਜ਼ੀ ਕਰਤੀ ਹੋਵੇ ਗਲਤ ਫੋਟੋਆਂ ਦਿਖਾਤੀਆਂ ਹੋਣ ਪਰ ਉਹਨਾਂ ਦਾ ਮਕਸਦ ਕੋਈ ਅਲੱਗ ਦੇਸ਼ ਬਣਾਉਣਾ ਜਾਂ ਅਲੱਗ ਧਰਮ ਦੇ ਲਈ ਨਹੀਂ ਇਹਨਾਂ ਦਾ ਇੱਕੋ ਹੀ ਮਕਸਦ ਹੈ ਹਾਂਜੀ ਅੱਛਾ ਇੱਕ ਚੀਜ਼ ਹੋਰ ਦੱਸੋ ਕਿੰਨੀ ਦੇਰ ਤੋਂ ਤੁਸੀਂ ਇੱਥੇ ਕਰ ਰਹੇ ਹੋ ਔਰ ਕਦੋਂ ਤੋਂ ਕਰ ਰਹੇ ਹੋ ਵੱਖ ਵੱਖ ਜਗ੍ਹਾ 'ਤੇ ਵੀ ਜਾਂਦੇ ਹੋ ਮੈਂ ਲਾਸਟ ਸੰਡੇ ਐਤਵਾਰ ਤੋਂ ਕੰਟੀਨਿਊਸਲੀ ਡੱਬ ਵਾਲੀ ਮੋਹਾਲੀ ਅਤੇ ਅੱਜ ਮੈਂ ਇੱਥੇ ਆਇਆ ਹੋਇਆ ਸੀ ਅੱਛਾ ਮੋਹਾਲੀ ਵੀ ਗਏ ਹੋ ਹਾਂਜੀ ਠੀਕ ਹੈ ਇਹੀ ਮੈਸੇਜ ਕਨਵੇ ਕਰ ਰਹੇ ਸੀ ਹਾਂਜੀ ਠੀਕ ਹੈ ਤੁਹਾਨੂੰ ਕੀ ਲੱਗਦਾ ਤੁਸੀਂ ਕੀ ਸੋਚਦੇ ਹੋ ਇੱਕ ਨਾਗਰਿਕ ਹੋਣ ਦੇ ਪੰਜਾਬੀ ਹੋਣ ਦੇ ਨਾਂ ਦੇ ਉੱਤੇ ਕੀ ਲੱਗਦਾ ਤੁਹਾਨੂੰ ਕਿ ਕੇਂਦਰ ਸਰਕਾਰ ਆ ਜਿਹੜੀ ਉਹ ਚੁੱਕੇਗੀ ਮੈਂ ਤਾਂ ਇਹ ਕਹੂੰਗਾ ਜੀ ਵੀ ਪੰਜਾਬੀ ਹੋਣ ਦੇ ਨਾਂ 'ਤੇ ਵੀ ਜਾਂ ਆਪਾਂ ਕਿਸਾਨ ਹੋਣ ਦੇ ਨਾਂ 'ਤੇ ਵੀ ਹੈ ਨਾ ਕਿਸਾਨੀ ਹੋਣ ਜਾਂ ਪੰਜਾਬੀ ਤਾਂ ਆਪਾਂ ਇੱਕ ਖਾਸ ਖੇਤਰ ਦੀ ਗੱਲ ਨਹੀਂ ਕਰ ਰਹੇ ਪੂਰੇ ਭਾਰਤ ਦੀ ਗੱਲ ਹੈ ਨਾ ਤਾਂ ਮੈਂ ਉਹੀ ਸਾਰੇ ਲੋਕਾਂ ਦੇ ਲਈ ਇਹ ਕਾਨੂੰਨ ਹੈਗੇ ਜੇ ਕਿਸੇ ਇੱਕ ਦੇ ਖਿਲਾਫ ਹੋਣਗੇ ਸਭ ਦੇ ਹੋਣਗੇ ਚੰਗਾ ਹੋਏਗਾ ਸਾਰਿਆਂ ਦਾ ਚੰਗਾ ਹੋਊਗਾ ਅਤੇ ਮੇਰੀ ਪੋਜ਼ਿਟਿਵਿਟੀ ਮੈਂ ਇਹੀ ਲੋਕਾਂ ਦੇ ਵਿੱਚ ਵੀ ਇਹੀ ਕਹਿਣਾ ਚਾਹੁੰਦੇ ਵੀ ਸਾਨੂੰ ਗਲਤ ਨਾ ਸੋਚੋ ਸਾਡਾ ਮਕਸਦ ਸਿਰਫ ਤੁਹਾਡੇ ਭਲੇ ਲਈ ਵੀ ਹੈ ਆਪਦੇ ਭਲੇ ਲਈ ਵੀ ਹੈ ਇਹਦੇ ਵਿੱਚ ਸਭ ਦਾ ਹੀ ਭਲਾ ਅਤੇ ਮੈਂ ਸਰਕਾਰ ਨੂੰ ਵੀ ਇੱਕ ਗੱਲ ਕਹਿਣਾ ਚਾਹੂੰਗਾ ਵੀ ਅਕਸਰ ਆਪਾਂ ਸੁਣਦੇ ਹਾਂ ਵੀ ਜਿਹੜਾ ਤਕੜਾ ਹੁੰਦਾ ਹੈ ਨਾ ਤਾਂ ਉਹ ਤਾਂ ਤਾਕਤਵਰ ਹੁੰਦਾ ਹੀ ਕਮਜ਼ੋਰ ਝੁੱਕ ਜਾਂਦਾ ਹੈ ਨਾ ਮੇਰਾ ਮੈਸੇਜ ਤਾਂ ਨਹੀਂ ਬਸ ਇੱਕ ਰਿਕੁਐਸਟ ਹੈ ਮੋਦੀ ਸਾਹਿਬ ਨੂੰ ਵੀ ਜੇਕਰ ਤੁਸੀਂ ਝੁੱਕ ਜਾਓਗੇ ਜੇ ਕੋਈ ਵੱਡਾ ਬੰਦਾ ਜੋ ਝੁੱਕ ਜਾਂਦਾ ਨਾ ਉਹਦੀ ਇੱਜ਼ਤ ਹੋਰ ਵੱਧ ਜਾਂਦੀ ਹੈ ਜੇਕਰ ਅੱਜ ਤੁਹਾਡੇ ਨਾਲ 4 ਦਿਨ ਆ ਕੱਲ੍ਹ ਨੂੰ 40 ਵੀ ਹੋ ਜਾਣਗੇ
ਆਕੜ ਨਾਲ ਤਾਂ ਕੁਛ ਵੀ ਹੋਣ ਨਹੀਂ ਲੱਗਾ। ਹਾਂਜੀ ਅੱਛਾ ਇੱਕ ਜੀ ਹੋਰ ਦੱਸੋ, ਕਈ ਲੋਕ ਸੋਚਦੇ ਆ ਕਿ ਯਾਰ ਸਾਡਾ ਪ੍ਰੋਟੈਸਟ ਨਾਲ ਕੀ ਮਤਲਬ ਆ ਨਾ, ਜਿੱਦਾਂ ਤੁਸੀਂ ਇੱਕ ਗਵਰਨਮੈਂਟ ਇੰਪਲੋਈ ਹੋ, ਹੋਰ ਵੀ ਲੋਕ ਆ ਜਾਂ ਕਹਿ ਲਓ ਕਿ ਜਿਹੜੇ ਅਲੱਗ ਅਲੱਗ ਪੇਸ਼ਿਆਂ ਨਾਲ ਜੁੜੇ ਹੋਏ ਕਿ ਯਾਰ ਸਾਨੂੰ ਤਾਂ ਜ਼ਰੂਰਤ ਨਹੀਂ ਹੈ, ਉਹਨਾਂ ਦੀ ਕੀ ਮੈਸੇਜ ਹੈ ਤੁਹਾਡਾ? ਮੈਂ ਉਹਨਾਂ ਨੂੰ ਇਹ ਕਹਿਣਾ ਚਾਹੂੰਗਾ ਜੀ, ਬਿੱਲ ਕੋਈ ਇਕੱਲਾ ਕਿਸਾਨੀ ਦਾ ਨਹੀਂ ਹੈ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣੀ ਚਾਹੁੰਦਾ ਵੀ 1977 ਵੇਲੇ ਅਮੈਰੀਕਾ ਦੇ ਵਿੱਚ ਅਪਰੋਕਸੀਮੇਟਲੀ 35-40,000 ਡੈਰੀ ਫਾਰਮਿੰਗ ਸੀਗੇ, ਅਤੇ ਇਸ ਵਕਤ 2017 ਦੀ ਰਿਪੋਰਟਸ ਹੈਗੀਆਂ ਵੀ ਉੱਥੇ ਲਗਭਗ 39,000 ਤੋਂ 40,000 ਦੇ ਵਿੱਚ ਫਾਰਮਿੰਗ ਹੈ। ਹੁਣ ਜਿਹੜੇ ਬਾਕੀ ਲੋਕਾਂ ਨੇ ਧੰਦਾ ਛੱਡਤਾ ਕਿਉਂਕਿ ਕੋਈ ਪ੍ਰੋਫਿਟ ਨਹੀਂ ਰਿਹਾ, ਆਪਣੇ ਆਪਣੇ ਹੋਰ ਧੰਦੇ 'ਚ ਪੈ ਗਏ, ਤੁਸੀਂ ਦੇਖ ਸਕਦੇ ਹੋ ਉੱਥੇ ਵੀ, ਅਤੇ ਕੈਨੇਡਾ ਦੇ ਵਿੱਚ ਵੀ 2015 ਦੇ ਵਿੱਚ ਜਿਹੜੀ ਛੋਟੀ ਕਿਸਾਨੀ ਖਤਮ ਹੋ ਗਈ, ਵੱਡੇ ਵੱਡੇ ਮੌਲਸ ਆ, ਵੱਡੇ ਵੱਡੇ ਫਾਰਮਸ ਹੋ ਗਏ ਆ, ਇਹਨਾਂ ਨਾਲ ਕਿੰਨੇ ਲੋਕਾਂ ਦੇ ਉੱਥੇ ਵੀ ਰੋਜ਼ਗਾਰੀ, ਬੇਰੁਜ਼ਗਾਰੀ ਕੈਨੇਡਾ 'ਚ ਵੀ ਹੈਗੀ ਹੈ, ਉੱਥੇ ਵੀ ਇਹ ਕੁਛ ਹੀ ਹੋਇਆ, ਲੋਕ ਖੇਤੀ ਰਹਿਤ ਜ਼ਮੀਨਾਂ ਹੋਈਆਂ ਉਹਨਾਂ ਕੋਲ ਕਿਉਂ ਚਲੇ ਗਏ। ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ ਜੇਕਰ ਇਹ ਹੋਇਆ ਤਾਂ ਕੱਲ੍ਹ ਨੂੰ ਜੋ ਸਾਨੂੰ ਚੀਜ਼ਾਂ ਅੱਜ ਕੱਲ੍ਹ ਦੁੱਧ ਹੀ ਲਾ ਲਓ 50 ਰੁਪਏ ਮਿਲਦਾ, 100 ਰੁਪਏ ਲੀਟਰ ਹੀ ਮਿਲਿਆ ਕਰੂਗਾ, ਤੁਸੀਂ ਇਹ ਵੀ ਦੇਖ ਲਓ। ਜਿਹੜੇ ਇੱਕ ਬੰਦਾ ਮੈਨੂੰ ਕਹਿ ਰਿਹਾ ਸੀਗਾ, ਮੈਨੂੰ ਗੱਲ ਯਾਦ ਆਈ ਸੋਮਵਾਰ ਦੀ, ਕਹਿੰਦਾ ਬਾਈ ਜੀ ਤੁਸੀਂ ਇਕੱਲੇ ਖੜੇ ਹੋ, ਕੁਛ ਨਹੀਂ ਹੁੰਦਾ, ਪ੍ਰਾਈਵੇਟ ਹੋ ਜਾਣਗੇ ਤਾਂ ਇਹ ਕੁਛ ਮਿਲੂ ਉਹ ਕੁਛ ਮਿਲੂ, ਜੇ ਖੇਤੀ ਲੋਕ ਛੱਡ ਦੇਣਗੇ ਫਿਰ ਕੀ ਹੋ ਜੂਗਾ, ਅਸੀਂ ਉਹ ਧੰਦਾ ਕਰ ਲਾਂਗੇ। ਪਰ ਤੁਸੀਂ ਕੱਪੜਿਆਂ ਤੋਂ ਲੈ ਕੇ ਬੂਟ ਤੱਕ, ਤੁਹਾਡੇ ਬਰਗਰ ਵੀ ਖਾਂਦੇ ਹੋ ਨਾ, ਜੇਕਰ ਕਿਸਾਨ ਅੰਨ ਨਹੀਂ ਉਗਾਊ ਤਾਂ ਬਰਗਰ ਦਾ ਬ੍ਰੈਡ ਵੀ ਨਹੀਂ ਬਣਦਾ। ਇਹੀ ਕਹਿ ਰਿਹਾ ਵੀ ਸਾਨੂੰ ਆਮ ਲੋਕਾਂ ਨੂੰ ਵੀ ਸਹਾਇਤਾ ਕਰਨੀ ਚਾਹੀਦੀ ਹੈ, ਅਤੇ ਕਿਸਾਨ ਤਾਂ ਹਮੇਸ਼ਾ ਹੀ ਆਪਣੇ ਨਾਲ ਰਹੇ ਆ। ਇੱਕ ਹੋਰ ਐਗਜ਼ਾਮਪਲ ਸ਼ਾਇਦ ਟੀਚਰਸ ਨੂੰ ਜ਼ਿਆਦਾ ਪਤਾ, ਜਦੋਂ 2018 ਦੇ ਵਿੱਚ SSA ਰਮਸਾ ਦੇ ਟੀਚਰ ਦੀ ਸੈਲਰੀ ਘਟਾਈ ਗਈ ਸੀ ਤਾਂ ਇਹ ਕਿਸਾਨ ਯੂਨੀਅਨ ਵਾਲੇ ਪਟਿਆਲਾ ਧਰਨਾ ਲਾ ਕੇ ਬੈਠ ਗਏ ਸੀਗੇ। ਹਾਂਜੀ ਹਾਂਜੀ, ਤਾਂ ਹੀ ਮੈਂ ਕਹਿੰਦਾ ਵੀ ਇਹਨਾਂ ਨੇ ਸਾਡਾ ਸਾਥ ਦਿੱਤਾ, ਅਸੀਂ ਇਹਨਾਂ ਦੇ ਬੱਚੇ ਪੜ੍ਹਾਉਂਦੇ ਹਾਂ, ਕੋਆਪਰੇਟਸ ਦੇ ਬੱਚੇ ਅਸੀਂ ਆਮ ਟੀਚਰ ਨਹੀਂ ਪੜ੍ਹਾਉਂਦਾ, ਉਹ ਤਾਂ ਸਨਾਵਰ ਵੈਲੀ ਵਰਗੇ ਸਕੂਲ ਪੜ੍ਹਾ ਲੈਂਦੇ, ਇਸ ਲਈ ਸਾਨੂੰ ਉਹਨਾਂ ਸਾਥ ਦੇਣਾ ਚਾਹੀਦਾ। ਲਾਸਟ ਸਵਾਲ ਮੇਰਾ, ਕਰੋ ਤੱਕ ਇਸ ਤਰ੍ਹਾਂ ਡਟੇ ਰਹੋਗੇ? ਜਦੋਂ ਤੱਕ ਆਪਦੀ ਹਿੰਮਤ ਹੈ ਜੀ, ਜਦੋਂ ਤੱਕ ਸਾਡੇ ਕਿਸਾਨ ਉੱਥੋਂ ਜਿੱਤ ਕੇ ਨਹੀਂ ਆਉਂਦੇ। ਮਿਹਰਬਾਨੀ। ਸੋਏ ਭੁਪਿੰਦਰ ਸਿੰਘ ਨੇ, ਇੱਕ ਸਰਕਾਰੀ ਟੀਚਰ ਆ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ, ਔਰ ਜਿਹੜੇ ਇੱਕ ਨੇ ਵੱਖਰੇ ਤਰੀਕੇ ਦੇ ਨਾਲ ਪ੍ਰੋਟੈਸਟ ਕਰ ਰਿਹਾ। ਸੋ ਤੁਸੀਂ ਇਸੇ ਤਰ੍ਹਾਂ ਪੰਜਾਬ ਲੋਕਮਾ ਟੀਵੀ ਨਾਲ ਬਣੇ ਰਹੋ, ਕਿਸਾਨੀ ਸੰਘਰਸ਼ ਦੀਆਂ ਹੋਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ।